ਹੋਰ ਦੱਸੋ ਜਨਾਬ ਅੱਜ ਇੱਧਰ ਕਿੱਦਾਂ ਆਣਾ ਹੋਇਆ ਕੀ ਦੱਸਾਂ ਕ੍ਰਾਂਤੀ ਭਾਜੀ ਡਿਪਾਰਟਮੈਂਟ ਤੁਹਾਨੂੰ ਮੰਨੇ ਨਾ ਮੰਨੇ ਪਰ ਮੇਰੀ ਤੁਹਾਨੂੰ ਸਲੂਟ ਹੈ ਥੈਂਕ ਯੂ ਵੀਰੇ ਤੁਸੀਂ ਮੇਰੇ ਕੰਮ ਦੀ ਕਦਰ ਕਰਦੇ ਹੋ ਐਕਚੁਅਲੀ ਵੀਰ ਜੀ ਇਹ ਸਾਰਾ ਕਮਾਲ ਨਾ ਸਾਡੀ ਗੁਰੂ ਮਹਾਰਾਜ ਦੀ ਕਿਰਪਾ ਹੈ ਭਰਾ ਜੀ ਤੁਸੀਂ ਦੇਖਿਓ ਇੱਕ ਨਾ ਇੱਕ ਦਿਨ ਨਾ ਡਿਪਾਰਟਮੈਂਟ ਵੀ ਇਹਨਾਂ ਦੀ ਮਿਹਨਤ ਦੀ ਕਦਰ ਜ਼ਰੂਰ ਕਰੇਗਾ ਬਿਲਕੁਲ ਵੇਖਣਾ ਹੁਣ ਹੌਲੀ ਹੌਲੀ ਚਾਚੂ ਸਾਰੇ ਫਰਾਡ ਮੁੰਡਿਆਂ ਨੂੰ ਫੜ ਕੇ ਕੁੱਟ ਕੁੱਟ ਕੇ ਉਹਨਾਂ ਦਾ ਮੁਰੱਬਾ ਬਣਾ ਦੇਣਾ ਆਏ ਹੈ ਗੁਰਨੂਰ ਆ ਕੀ ਬੋਲ ਦਿੱਤਾ ਮੁਰੱਬੇ ਦੀ ਥਾਂ ਤੇ ਕੁਝ ਹੋਰ ਨਹੀਂ ਬੋਲ ਸਕਦੀ ਸੀ ਕੀ ਹੋਇਆ ਚਾਚੀ ਓਹੋ ਜੀਟੂ ਨੇ ਸੁਣ ਲਿਆ ਹੁਣ ਇਹਨੇ ਨਾ ਮੁਰੱਬਾ ਖਾਣ ਦੀ ਜ਼ਿੱਦ ਸ਼ੁਰੂ ਕਰ ਦੇਣੀ ਹੈ ਹਾਂ ਤਾਂ ਬਾਹਰ ਧੁੱਪ 'ਚ ਰੱਖਿਆ ਮੈਂ ਹੁਣੇ ਲੈ ਕੇ ਆਉਂਦੀ ਹਾਂ ਠੀਕ ਹੈ ਉਹ ਅੱਛਾ ਜੀ ਤਾਂ ਇਹ ਹੈ ਤੁਹਾਡੀ ਤਿੱਖੀ ਜ਼ੁਬਾਨ ਦਾ ਰਾਜ ਤਿੱਖੀਆਂ ਤਿੱਖੀਆਂ ਲਾਲ ਮਿਰਚਾਂ ਉਫੋ ਸਵੇਰੇ ਸਵੇਰੇ ਇਹਦਾ ਮੂੰਹ ਵੇਖਣਾ ਮਤਲਬ ਆਪਣਾ ਦਿਨ ਖਰਾਬ ਕਰਨਾ ਜੀ ਮੇਰੀ ਮੰਨੋ ਨਾ ਤੁਸੀਂ ਮਿੱਠੀ ਮਿੱਠੀ ਚਾਸ਼ਨੀ ਖਾਇਆ ਕਰੋ ਦੋ ਚਮਚ ਸਵੇਰ ਤੇ ਦੋ ਚਮਚ ਸ਼ਾਮ ਨੂੰ ਉਹਦੇ ਨਾਲ ਸ਼ਾਇਦ ਤੁਹਾਡੀ ਜ਼ੁਬਾਨ 'ਚ ਕੋਈ ਫਰਕ ਪੈ ਜਾਵੇ ਮਤਲਬ ਪੱਕਾ ਨਹੀਂ ਕਹਿ ਸਕਦੇ ਜੀ ਹੋ ਗਿਆ ਤੇਰਾ बहुत ही शातिर चोर है जिन्हें साडे नख च दम कर रखिया दो दिन च सॉल्व हो जाएगा ਤੁਸੀਂ ਮੈਨੂੰ ਇੰਨਾ ਦੱਸੋ ਕਿ ਫੜਨਾ ਕਿਹਨੂੰ ਹੈ ਉਹ ਇੰਨਾ ਆਸਾਨ ਨਹੀਂ ਹੈ ਭਰਾਵਾ ਉਹ 420 ਨਹੀਂ ਸੁਪਰ 420 ਹੈ ਹੱਥ ਦੀ ਸਫਾਈ ਤੇ ਇੰਨੀ ਹੈ ਕਿ ਕੀ ਦੱਸਾਂ ਕੱਲ ਦੀਵਾਲੀ ਮੇਲੇ 'ਚ ਉਹਨੇ ਪੂਰਾ ਦਾ ਪੂਰਾ ਗੱਲਾ ਸਾਫ਼ ਕਰਤਾ ਹਾਏ ਰੱਬਾ ਤੁਸੀਂ ਫਿਕਰ ਨਾ ਕਰੋ ਜਨਾਬ ਮੈਨੂੰ ਉਹਦੀ ਡਿਟੇਲ ਦੱਸੋ ਹੁਣ ਕੁਝ ਫਰਕ ਪਿਆ ਨਹੀਂ ਬਹੁਤ ਦਰਦ ਹੈ ਹੁਣ ਕੁਝ ਫਰਕ ਪਿਆ ਅਜੇ ਵੀ ਹੈ ਥੋੜਾ ਝੂਠਾ ਇੱਕ ਨੰਬਰ ਦਾ ਝੂਠ ਦੇ ਪੈਰ ਨਹੀਂ ਹੁੰਦੇ ਬੱਚੂ ਤੁਸੀਂ ਜਨਾਬ ਉਸ ਚੋਰ ਦੀ ਮੈਨੂੰ ਫੋਟੋ ਵਿਖਾਓ ਮੈਂ ਦੋ ਦਿਨ ਦੇ ਅੰਦਰ ਅੰਦਰ ਫੜ ਕੇ ਤੁਹਾਡੇ ਹਵਾਲੇ ਕਰ ਦਿਆਂਗਾ ਮਰ ਗਏ ਇਹ ਤਾਂ ਹੋਏ ਪੁਲਿਸ ਵਾਲਾ ਫੋਟੋ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਉਹਦਾ ਹੁਲੀਆ ਦੱਸ ਸਕਦਾ ਉਹ ਵੇਲਣ ਰੁਕ ਔਰ ਟੇਬਲ ਤੇ ਪੇਪਰ ਤੇ ਪੈਨਸਲ ਪਈ ਹੈ ਚੱਕ ਕੇ ਫੜਾ ਜਨਾਬ ਤੁਸੀਂ ਮੈਨੂੰ ਉਸ ਚੋਰ ਦਾ ਹੁਲੀਆ ਲਿਖਾਓ ਮੈਂ ਉਸ ਚੋਰ ਨੂੰ ਮੋਰ ਬਣਾ ਕੇ ਉਹਦੀਆਂ ਪੈਲਾਂ ਨਾ ਪਵਾਤੀਆਂ ਤੇ ਮੇਰਾ ਨਾਂ ਵੀ ਕ੍ਰਾਂਤੀਪਾਲ ਸਿੰਘ ਨਹੀਂ ਓਹੋ ਐਨੇ ਟਾਈਮ 'ਚ ਤਾਂ ਰੂਹ 'ਚ ਸੂਈ ਲੱਭ ਜਾਏ ਤੈਨੂੰ ਟੇਬਲ ਤੇ ਪਿਆ ਪੈਨਸਲ ਪੇਪਰ ਹੀ ਦਿਖਿਆ ਹਾਂਜੀ ਹਾਂਜੀ ਇੱਕ ਮਿੰਟ ਇੱਕ ਮਿੰਟ ਆ ਲਓ ਚਾਚੀ ਤੁਹਾਡਾ ਮੁਰੱਬਾ ਏ ਕਾਕਾ ਤੈਨੂੰ ਹਲੇ ਤੱਕ ਪੇਪਰ ਪੈਨਸਲ ਨਹੀਂ ਮਿਲੇ ਤੇਰੀਆਂ ਅੱਖਾਂ ਕਿੱਟੇ ਚ ਬਟਨ ਲੈ ਕੇ ਛੇਤੀ ਚਾਚੂ ਮੈਂ ਲੈ ਕੇ ਆਉਂਦੀ ਆ ਤੁਹਾਨੂੰ ਇਹਦੀ ਸ਼ਕਲ ਵੇਖ ਕੇ ਲੱਗਦਾ ਇਹ ਕਿਸੇ ਕੰਮ ਦੇ ਲਾਇਕ ਹੈ ਰਹਿਣ ਦੇ ਪੁੱਤਰ
यही लेके आएगा ते स्केच भी हुण यही बनाएगा। घर दे विच वेले बह के पुठे पासे दिमाग चलना, घट्टो घट कोई काम ते करे। लै क्या रोज रोज ओदी शक्ल नहीं वेखनी पैंदी। खैर तू अपना स्केच बना। जनाब फुलिया लिखाओ। हाँ फिर लिखो। चोर दिया मोटिया मोटिया अखा जिम्मे बिल्कुल डड्डू दिया होंगे ते नक जिम्मे गोभी का पकौड़ा होगा। चोर दे बाल जिम्मे फलूदे दिया सेवियां नहीं होंदिया ते कन्न तो इदा खड़े होंगे जिदा गधे दे खड़े होंगे। लो जी बन गया। अच्छा लिखाई की बनाया? जरा अपना चेहरा। मैं तुम्हें कहना था कि मेरा आज फास्ट है, मैं किसी की शक्ल नहीं दिखा सकता। मैं तो पहले ही कहा सी ये दो भी भरा एक नंबर दे निकम्मे आ। कैसा मूर्ख है, असी तैनूं चोर दा हुलिया बनाने नूं कहा, तू अपने वड्डे वडेरियां दीआं फोटो बनाती है। किसे काम दा नहीं है काम चो। लो बस एदी कमी सी। ओ हेलो जी, गुड मॉर्निंग सबनू। ओए तू अचानक मुंह ते की ला लिया? ओ हो चाचू तुसी वेख नहीं रे, मदारी अपने बांदर नू दिहाड़ी ते ले जाण तो पहला चंगी तरह तैयार कर रहा है। हाय रब्बा आ की कीता, सारी ग्रीन ता सोफे ते डोल दीती। तुसी ना दोवे बाहर निकलो, सारे घर च गंद पाया पिया, निकलो इथों। चलो दफा हो जा इथों। चल मेरे अंगूर चलिए। ਓਏ ਜੌਂਟੀ 420 ਉਹ ਮੇਰੀ ਗੱਲ ਧਿਆਨ ਨਾਲ ਸੁਣ, ਉਹ ਗ੍ਰਹਿ ਤੇਰੇ ਪਹਿਲਾਂ ਹੀ ਖਰਾਬ ਚੱਲੀ ਜਾਂਦੇ ਆ, ਉਹ ਜੇ ਤੇਰੇ ਕਰਕੇ ਮੇਰੇ ਵਿਆਹ ਦੇ ਮੁਰਚ ਕੋਈ ਵਿਗੜ ਪਿਆ ਨਾ ਤੇ ਮੈਂ ਤੇਰੀ ਜਗ੍ਹਾ ਸਾਰਾ ਬੰਨ ਲੂੰਗਾ ਵੀਰੇ। ਹੁਣ ਕੋਈ ਤੂੰ ਚੜੇ ਜਾਂ ਮੈਂ ਚੜਾ ਕੀ ਫਰਕ ਪੈਂਦਾ ਹੈ? ਆਪਾਂ ਨੂੰ ਤਾਂ ਕੈਸ਼ ਦਾ ਮਤਲਬ ਹੈ ਨਾ। ਆਪਾਂ ਨਹੀਂ ਸਿਰਫ ਮੈਂ, ਉਹ ਕੰਮ ਮੇਰਾ ਹੈ ਤੇ ਮੈਂ ਹੀ ਪੂਰਾ ਕਰੂੰਗਾ, ਤੇ ਤੂੰ ਮੇਰੇ ਕੰਮ 'ਚ ਨਾ ਟੰਗ ਨਾ ਅੜਾ। ਵੱਡੇ ਜਸਟ ਚਿਲ। ਉਹ ਚਿਲ ਨੂੰ ਮੈਂ ਬਰਫ਼ ਖਾ ਲਾਂ, ਉਹ ਨਾਲੇ ਤੇਰੇ ਕਰਕੇ ਤਾਂ ਨਾ ਮੈਂ ਰਿਸਕ ਜਮਾਂ ਨਹੀਂ ਲੈ ਸਕਦਾ। ਉਹ ਛੱਡ ਰਿਸਕ ਤੇ ਕਰ ਇਸ਼ਕ। ਉਹ ਵੇਖ ਤੇਰੀ ਹੂਰ ਪਰੀ ਮਟਕਦੀ ਆਉਂਦੀ ਵੀ ਹੈ। ਕਮਾਲ ਹੈ ਵੱਡੇ, ਮੈਨੂੰ ਮਤਲਬ ਤੇਰਾ ਨਾਮ ਐਮੀ ਵਿਰਕ ਨਹੀਂ ਗਾ, ਪਰ ਐਮੀ ਤਾਂ ਹੈ ਨਾ।
ये तो तेनू ऐदा इग्नोर करके गई जिम्मे तू कोई राह खड़ा एक मंगा हो बकवास ना कर तेरी बेइज्जती हुई मेरे ये गल ना मैं तू बर्दाश्त नहीं हो रही मैं कह रहा मैं वर के पाड़ देंगा बदतमीजी बंद कर ला ले मैं की करता आप ही अपने बाल मेरे मुंह ते मारे जे हुण बंदे दा मुंह गिला हो ही गया तो हुण तौलिए तो ही साफ किया जाएगा ना अच्छा जी एक तो गलती गलती तो याद आया एक तो तुसी मेरी अख ते मारी उपरों मुंह ते मारती और जे तुसी इन्ना ही डिसलाइक करदे हो घर तू जा क्यों नहीं रहे हिम्मत ता वेखो एक ता मेरे ही वेड़े च बिना पूछे एंट्री मारी उत्तों मेनू ही बाहर जान ली कह रहे है तेरे वर्गे लंगूर लई मैं अपना वेड़ा छड़ के किते नहीं जा सकदी ये भी ठीक है जी हुण तुसी साडी जान ही ले लो काश मैं इदा दा कुछ कर सकदी पर तुसी प्यार नाल दो मिठे बोल ता बोलो सुनियो असी उदा ही मर जाना बस ਬੂਥੀ ਸਵਾਰ ਜੇ ਅੱਗੇ ਤੋਂ ਮੇਰੇ ਨਾਲ ਇਦਾਂ ਦੀ ਬਦਤਮੀਜ਼ੀ ਕੀਤੀ ਨਾ ਸੱਚੀ ਜੋ ਅੱਖਾਂ 'ਚ ਮਿਰਚੀ ਪਾ ਦੂੰ ਬਾਅਦ 'ਚ ਬਹਿ ਕੇ ਰੋਂਦਾ ਰਹੀਂ ਓ ਇੱਕ ਵਾਰੀ ਛੱਡ ਕੇ ਤਾਂ ਜਾਓ ਉਹ ਤੁਹਾਡੀ ਆ 'ਚ ਰੋ ਵੀ ਲਵਾਂਗੇ ਵੀਰੇ ਐਨੀ ਆਸਾਨੀ ਨਾਲ ਤਾਂ ਨਹੀਂ ਪਟਣੀ ਹੈ ਇਹ ਗੱਲ ਅੱਖਾਂ ਨਹੀਂ ਸੁਣਨ 'ਚ ਤਾਂ ਨਹੀਂ ਚੰਗੀ ਲੱਗਣੀ ਪਰ ਜੇ ਤੂੰ ਕਵੇਂ ਤਾਂ किरायेदार नहीं जी लफंडर को जे मुक्केबाजी दी थां ते बकवासबाजी दा कोई कंपटीशन हुंदा ना तां ओह दोवे भरा गोल्ड लेके आउंदे पीके ਤੁਹਾਨੂੰ ਪਤਾ ਅੱਧੀ ਪ੍ਰੋਬਲਮ ਤਾਂ ਸੋਲਵ ਹੋ ਗਈ ਹੈ ਹੁਣ ਬਸ ਅੱਧੀ ਬਾਕੀ ਹੈ ਹਾਂ ਪੁੱਤਰ ਲਿਪ ਛੇੜ ਤਾਂ ਮੇਰੀ ਸਮਝ ਆ ਗਿਆ ਬਸ ਨੇਲ ਪੇਂਟ ਹਜੇ ਬਾਕੀ ਹੈ ਓਫੋ ਮੇਰੀ ਸੁਪਰ ਮਾਡਲ ਮੈਂ ਤਾਂ ਐਮੀ ਨਾ ਦੇ ਕੈਕਟਸ ਦੀ ਗੱਲ ਕਰ ਰਹੀ ਸੀ ਜਿਹੜਾ ਪਤਾ ਨਹੀਂ ਕਿਹੜੇ ਰੇਗਿਸਤਾਨ ਤੋਂ ਉੱਠ ਕੇ ਆਇਆ ਪੁੱਤਰ ਉਹਨੇ ਤੈਨੂੰ ਫਿਰ ਕੁਝ ਕਿਹਾ ਤੂੰ ਮੈਨੂੰ ਦੱਸ ਮੈਂ ਦੇਖਦੀ ਹਾਂ ਉਹਨੂੰ ਚਿਲ ਪੀਕੇ ਤੁਹਾਨੂੰ ਪਤਾ ਹੈ ਮੈਂ ਸਾਡੇ ਐਡਵੋਕੇਟ ਨੂੰ ਕਹਿ ਕੇ ਨਾ ਰੂਲਸ ਐਂਡ ਰੈਗੂਲੇਸ਼ਨਸ ਦੇ ਡਾਕੂਮੈਂਟ ਬਣਵਾ ਲਏ ਆ ਤੇ ਉਹ ਡਾਕੂਮੈਂਟ ਮੈਂ ਦਊਂਗੀ ਮਿਸਟਰ ਲੰਗੂਰ ਨੂੰ ਤੇ ਜੇ ਉਹਨੇ ਇੱਕ ਵੀ ਰੂਲ ਬ੍ਰੇਕ ਕੀਤਾ ਨਾ ਤਾਂ ਉਹ ਇਸ ਵੇੜੇ ਤੋਂ ਆਊਟ ਵਧੀਆ ਹੁਣ ਉਹ ਆਪਣੀ ਹੱਦ 'ਚ ਰਹੇਗਾ ਵੈਰੀ ਗੁੱਡ ਗੁੱਡ ਨਹੀਂ ਬੀਜੀ ਤੋਸ਼ੇ ਤੇ ਮਿਠਾਈ ਤੇ ਡਰਾਈ ਫਰੂਟਸ ਨਾਲ ਹੀ ਚਾਕਲੇਟ ਦੀ ਪੈਕਿੰਗ ਸਭ ਆ ਰਿਹਾ ਕਿਉਂ ਇਹਦੇ ਪਾਪੇ ਦੀ ਬਰਾਤ ਆਉਣ ਵਾਲੀ ਹੈ ਓਹੋ ਬੀਜੀ ਪਿਓ ਦੀ ਬਰਾਤ ਨਹੀਂ ਅੱਜ ਮੰਮੀ ਦੀਵਾਲੀ ਭੇਜ ਰਹੇ ਆ ਬੇਟਾ ਪੱਕਾ ਰੇੜੀ ਤੋਂ ਖਰੀਦਿਆ ਹੋਇਆ 6 ਕੱਪਾਂ ਦਾ ਸੈੱਟ ਹੀ ਆਊਗਾ ਨਹੀਂ ਤਾਂ ਬਿਨਾ ਸਰਾਣੇ ਦੇ ਕਵਰ ਤੋਂ ਸਸਤੀ ਜੀ ਚਾਦਰ ਪੀਕੇ ਤੁਹਾਨੂੰ ਯਾਦ ਹੈ ਇੱਕ ਵਾਰੀ ਜੱਗ ਵੀ ਤਾਂ ਆਇਆ ਸੀ ਉਹ ਵੀ ਬਿਨਾ ਟੱਕਣ ਤੋਂ ਟੱਕਣ ਤਾਂ ਉਹਨਾਂ ਨੇ ਪਹਿਲਾਂ ਹੀ ਭੇਜ ਦਿੱਤਾ ਸੀ ਉਡਾ ਲਓ ਮਜ਼ਾਕ ਕਿਉਂਕਿ ਇਸ ਵਾਰ ਤਾਂ ਮੰਮੀ ਜੀਟੂ ਵਾਸਤੇ ਵੀ ਕੁਝ ਭੇਜਣਗੇ ਮੰਮੀ ਨੇ ਕਿਹਾ ਇਸ ਵਾਰ ਤਾਂ ਗਿਫਟ ਨਾ ਆਊਟ ਆਫ ਵਰਲਡ ਹੋਏਗਾ ਹਾਂ ਤੂੰ ਤੇ ਤੇਰੀ ਮਾਂ ਵਾਂਗ ਚਾਚੀ ਪੀਕੇ ਦਾ ਕਹਿਣ ਦਾ ਮਤਲਬ ਹੈ ਜੋ ਵੀ ਆਵੇ ਬਸ ਕੰਮ ਦਾ ਹੋਵੇ ਤੁਸੀਂ ਟੈਨਸ਼ਨ ਨਾ ਲਓ ਬੀਜੀ ਮੰਮੀ ਨੇ ਕਿਹਾ ਇਹ ਅੱਜ ਤੱਕ ਦਾ ਨਾ ਸਭ ਤੋਂ ਬੈਸਟ ਗਿਫਟ ਹੋਏਗਾ ਪੱਕਾ ਕੁਝ ਬਹੁਤ ਵੱਡਾ ਸਰਪ੍ਰਾਈਜ਼ ਆਉਣ ਵਾਲਾ ਹੈ ਤਰਮਣਾ ਸਵੇਰ ਦੀ ਖਾਦੀ ਵੀ ਪਚ ਗਈ ਹੈ ਦੁਬਾਰਾ ਭੁੱਖ ਲੱਗ ਗਈ ਹੈ ਮੈਨੂੰ ਲੱਗਦਾ ਇਹਨਾਂ ਨੇ ਮੈਨੂੰ ਇੱਥੇ ਚੌਂਕੀਦਾਰ ਰੱਖ ਲਿਆ ਫਰੂਟੀ ਭਾਬੀ ਦੇ ਦੀਵਾਲੀ ਦੇ ਗਿਫਟ ਦਾ ਮੈਂ ਇੰਤਜ਼ਾਰ ਕਰ ਕਰਕੇ ਨਾ ਇੱਥੇ ਦੇਵਦਾਸ ਦੀ ਪਾਰੋ ਬਣ ਚੁੱਕਾ ਵਾਂ ਓਹੋ ਤੁਹਾਨੂੰ ਪਤਾ ਤਾਂ ਹੈ ਚਾਚੀ ਹਰ ਚੀਜ਼ ਨੂੰ ਲੈ ਕੇ ਓਵਰ ਐਕਸਾਈਟਡ ਹੁੰਦੇ ਨੇ ਇਸੇ ਲਈ ਤਾਂ ਮੇਰੀ ਐਕਸਾਈਟਮੈਂਟ ਵੀ ਵੱਧ ਗਈ ਹੈ ਕਿ ਕਦੋਂ ਉਹਨਾਂ ਦਾ ਗਿਫਟ ਆਵੇ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰਾਂ ਪਰ ਅਜੇ ਤੱਕ ਤਾਂ ਕੋਈ ਕੀੜੀ ਵੀ ਨਹੀਂ ਨੰਗੀ ਓਹੋ
गिफ्ट ना हो गया नियामत हो गई। दीदी गल सुनो, चंगी गल ते मैं दसने भुली गया, इत्थे खड़े होण ना बहुत वड्डा फायदा होया, तुसी सुनोगे ते खुश हो जाओगे। अच्छा की? दुश्मन दी सब तो वड्डी कमजोरी दा पता चल गया गा। सच्ची मुच्ची? हेलो ਪੋਕੜ ਪੀਜ਼ਾ। ਉਹ ਇੱਕ ਲਾਰਜ ਚੀਜ਼ ਬਸ ਪੀਜ਼ਾ ਦੇ ਨਾਲ ਦੋ ਠੰਡੀ ਕੋਲਡ ਡਰਿੰਕ। ਉਹ ਬਸ ਇੱਕ ਗੱਲ ਦਾ ਧਿਆਨ ਰੱਖਿਓ, ਉਹ ਗਾਰਲਿਕ ਨਹੀਂ ਹੋਣਾ ਚਾਹੀਦਾ ਉਹ 'ਚ। ਗਾਰਲਿਕ ਤੋਂ ਨਾ ਸਖਤ ਅਲਰਜੀ ਆ। ਜੇ ਇੱਕ ਵੀ ਦਾਣਾ ਹੋਇਆ ਨਾ ਗਾਰਲਿਕ ਦਾ, ਉਹ ਮੇਰੀ ਫੰਡ ਲੈ ਲੈਣਾ ਪੂਰਾ। ਸਾਨੂੰ ਉਹ ਨਹੀਂ ਪਸੰਦ ਤੇ ਉਹਨੂੰ ਲਸਣ ਨਹੀਂ ਪਸੰਦ, ਤੇ ਇਸ ਲੌਜਿਕ ਨਾਲ ਦੁਸ਼ਮਣ ਦਾ ਦੁਸ਼ਮਣ ਸਾਡਾ ਕੀ ਹੋਇਆ? ਬੈਸਟ ਫਰੈਂਡ। ਹੁਣ ਆਏਗਾ ਮਜ਼ਾ, ਕਿਉਂਕਿ ਅੱਜ ਜਿਸ ਘਰ 'ਚ ਮਨਾਇਆ ਜਾਏਗਾ ਗਾਰਲਿਕ ਫੈਸਟੀਵਲ। Let's go, Gippy. पर दीदी, फ्रूटी भाभी दे दिवाली गिफ्ट ने करा। ओहो, तुहानू पता ता है, जदों भी फ्रूटी चाची दे पेक्यों को जांदा है, सारे मल्ले नू पता चल जांदा है। तेरा भी मैं लेवर। हो, ये ता मेरा टॉवल है। शी, कोई किसी दा टॉवल किद्दा यूज कर सकदे? तू टॉवल नू छड़ पुत्तर। मैं तो यह सोच के एक्साइटेड है कि थोड़ी देर बाद ये सारी एनर्जी ठोस हो जानी है। की कहंदे? सही कहंदे। मेरे नाल पंगा नेवर चंगा। गार्लिक शेक पियो। ओए कितने जा रहे? आ तो लेंदा जा। अज ता मजा ही आ गया। लोका दा दिल गार्डन गार्डन हुंदा, मेरा दिल लसन लसन हो गया। ओह नो, एमी 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 उठ। एमी, हाय रब्बा, इनु की हो गया? करनूर 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 ले अपना नाम, मेरी हर सांस आज ना तेरा नाम चल रहा। मैं ना तेनु छड़ना नहीं आ। बचपन तो ही सुपरस्टार आजी मैं। कितना लगी मेरी पावर पैक परफॉर्मेंस? सच सच दसी, बढ़िया लगी ना? बढ़िया लगी ना? पता थी मेनू। पर तेनु तो लसन तो एलर्जी है ना? ओ जी, हाफ इनफॉरमेशन ऑलवेज इंजरियस टू हेल्थ। तो अड़ना हाफ इनफॉरमेशन मिली है। एलर्जी है ओ मैनू नहीं, छोटे नू। ओ तुहाडा जिहड़ा खबरी है ना, ओ एवें है। ओ नाले बाकी गल्ला छड्डो, ओ जिहड़ा तुसीं हार पाया सी ना, हाय 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 हाय, मजा ही आ गया जी। मतलब इदां लगा सी विआह दी पहली रस्म तां हो गई जी,
जे तुसी कहो ता बाकी रस्मा भी कर लगे। मेरा ना दिमाग ना खराब कर, मैं तेरा मुंह तोड़ देने। लो जी तुसी फिर मेरे मुंह दे पीछे पै गए। इन्नी वधिया परफॉर्मेंस दी तुहाडे सामने, सेलिब्रेट करना तो बनदा ना। ओ रुको जी, जांदे जांदे आ गार्लिक पिज़्ज़ा दी एक बाइट दा लो जी। ओ मैं सुनिया के इकट्ठे खाना ना प्यार वादा, ट्राई तो करो जी। परा हट लंगूर जा। लंगूर गरनूर? ना ना ना, लंगूर नहीं, गरनूर दा प्यारा लंगूर। तेरे ना व्याह करा के ना उस तो बाद तेरा लंगूर बनने भी तैयार है। आए